ਸਵੇਰ ਦੇ ਬਾਅਦ ਚੁੱਕੇ ਨੇ 6:15 ਅਤੇ ਆਪਾਂ ਹੁਣੇ ਹੁਣੇ ਉੱਠੇ ਹਾਂ ਅਤੇ ਆਪਾਂ ਉਹਨੇ ਮੂੰਹ ਧੋਂਦੇ ਹਾਂ, ਬੁਰਸ਼ ਕਰਦੇ ਹਾਂ ਅਤੇ ਆਪਾਂ ਫਰੈਸ਼ ਹੁੰਦੇ ਹਾਂ ਅਤੇ ਫਿਰ ਆਪਾਂ ਜਾਣਾ ਡੈਰੀ 'ਤੇ। ਮੈਂ ਨਹਾ ਧੋ ਕੇ ਤਿਆਰ ਹਾਂ ਅਤੇ ਹੁਣ ਮੈਂ ਜਾਣਾ ਡੈਰੀ 'ਤੇ ਅਤੇ ਸਕੂਟਰੀ 'ਤੇ ਫੇਰਨਾ ਆਪਾਂ ਨੇ ਕੱਪੜਾ ਅਤੇ ਉਹ ਖੜਾ ਆਪਣਾ ਮੋਟਰਸਾਈਕਲ, ਆਪਾਂ ਸਕੂਟਰੀ ਨੂੰ ਸਾਫ਼ ਕਰਕੇ ਡੈਰੀ 'ਤੇ ਚੱਲਦੇ ਹਾਂ। ਸਵੇਰ ਦੇ ਟਾਈਮ ਕੋਈ ਨਹੀਂ ਹੈਗਾ, ਸੜਕਾਂ 'ਤੇ ਗਲੀਆਂ ਖਾਲੀ, ਕੋਈ ਕੋਈ ਉਹ ਦਿਖ ਰਿਹਾ। ਡੈਰੀ ਤੋਂ ਆਪਾਂ ਆ ਗਏ ਵਾਪਸ, ਹੁਣ ਆਪਾਂ ਜਾਂਦੇ ਹਾਂ ਘਰ ਨੂੰ ਅਤੇ ਆਪਾਂ ਆ ਰਹੇ ਸੀਗੇ ਡੈਰੀ ਤੋਂ ਵਾਪਸ। ਅਤੇ ਆਹ ਦੇਖੋ ਫਾਟਕ ਲੱਗ ਗਏ ਅਤੇ ਸਾਨੂੰ ਲੇਟ ਕਰਾਉਣਗੇ ਹੁਣ। ਇੱਕ ਵਾਰ ਲੱਗ ਜਾਂਦਾ ਅੱਧਾ ਘੰਟਾ ਨਿਕਲ ਜਾਣੇ। ਅਸੀਂ ਆ ਗਏ ਡੈਰੀ ਤੋਂ ਘਰੇ ਵਾਪਸ ਅਤੇ ਹੁਣ ਆਪਾਂ ਪੀ ਰਹੇ ਹਾਂ ਚਾਹ। ਮੋਟਰਸਾਈਕਲ ਵੀ ਬੜਾ ਪਿਆ ਗੰਦਾ ਅਤੇ ਅਸੀਂ ਹੁਣ ਮੋਟਰਸਾਈਕਲ ਛੱਡਿਆ ਕੱਪੜਾ ਅਤੇ ਅਸੀਂ ਜਾਣਾ ਹੁਣ ਸਤਸੰਗ 'ਤੇ ਮੋਟਰਸਾਈਕਲ 'ਤੇ B15। ਗਾਇਜ ਅਸੀਂ ਜਾ ਰਹੇ ਸੀਗੇ ਅਤੇ ਸਵੇਰੇ ਸਵੇਰੇ ਸਾਨੂੰ ਮਿਲ ਗਈ ਟ੍ਰੇਨ ਅਤੇ ਟ੍ਰੇਨ ਸਾਡੇ ਬੁੱਕ ਦੀ ਲੱਗ ਰਹੀ ਹੈ। ਦੋਸਤੋ ਮੈਂ ਜਾ ਰਿਹਾ ਸਤਸੰਗ 'ਤੇ ਅਤੇ ਹੁਣ ਅਸੀਂ ਤੁਹਾਨੂੰ ਮਿਲਾਂਗੇ 2-2.5 ਘੰਟੇ ਬਾਅਦ। ਬਾਈਕ 'ਤੇ ਅਸੀਂ ਆ ਰਹੇ ਸੀਗੇ, ਉਹਦੇ 'ਚ ਹਵਾ ਘੱਟ ਅਤੇ ਆਪਾਂ ਭਰਾਉਣ ਲੱਗਿਆ ਹਵਾ। ਸਤਸੰਗ ਤੋਂ ਵਾਪਿਸ ਅਤੇ ਆਪਾਂ ਹੁਣ ਜਾ ਰਹੇ ਹਾਂ ਘਰ ਨੂੰ। ਅਸੀਂ ਆ ਗਿਆ ਹੁਣ ਘਰੇ ਅਤੇ ਗਰਮੀ ਬਹੁਤ ਆ, ਕੂਲਰ ਅਸੀਂ ਰੱਖੋ ਅਤੇ ਹੁਣ ਅਸੀਂ ਕਰਾਂਗੇ ਥੋੜ੍ਹੀ ਦੇਰ ਲਈ ਆਰਾਮ, ਸੌਵਾਂਗੇ। ਅਤੇ ਅੱਜ ਹੈਗਾ ਸੰਡੇ, ਕੰਮ ਕੋਈ ਹੈ ਨਹੀਂ ਕਰਨ ਨੂੰ। ਦੇਖਦੇ ਹਾਂ ਜੇ ਬਾਜ਼ਾਰ ਜਾਣਾ ਪਿਆ ਤਾਂ ਬਾਜ਼ਾਰ ਜਾਵਾਂਗੇ, ਘੁੰਮ ਕੇ ਆਵਾਂਗੇ। ਅਤੇ ਮੈਂ ਹੁਣੇ ਹੁਣੇ ਉੱਠਿਆ, ਮੈਂ ਗਿਆ ਸੀਗਾ ਸੌ ਦੁਪਹਿਰੇ ਅਤੇ ਸ਼ਾਮ ਦੇ ਹੁਣ 4:30 ਹੋ ਰਹੇ ਨੇ। ਅੱਜ ਆਪਾਂ ਤੁਹਾਨੂੰ ਦੇਖਦੇ ਹਾਂ ਬਾਜ਼ਾਰ ਲੈ ਕੇ ਚੱਲਦੇ ਹਾਂ, ਨਾਲੇ ਕੁਛ ਖਾ ਪੀ ਕੇ ਆਵਾਂਗੇ। ਜਾ ਰਿਹਾ ਸੀ ਬਾਜ਼ਾਰ ਨੂੰ ਅਤੇ ਆ ਵਿਸ਼ਕਰਮਾ ਚੌਂਕ ਨਾਭਾ, ਆ ਸਾਰਾ ਆ ਸਿਨੇਮਾ ਰੋਡ ਨਾਭਾ। ਇੱਥੇ ਪਹਿਲਾਂ ਸਿਨੇਮਾ ਹੁੰਦਾ ਸੀਗਾ ਅਤੇ ਇਸ ਕਰਕੇ ਇਹਦਾ ਨਾਂ ਸਿਨੇਮਾ ਰੋਡ ਵੱਜਣ ਲੱਗ ਗਿਆ। ਪੁਰਾਣਾ ਸਿਨੇਮਾ ਅਤੇ ਹੁਣ ਤਾਂ ਇਹ ਬੰਦ ਆ। ਸੰਡੇ ਕਰਕੇ ਬਾਜ਼ਾਰ ਸਾਰਾ ਬੰਦ ਪਿਆ, ਆਪਾਂ ਦੇਖਦੇ ਹਾਂ ਜਿੱਥੇ ਆਪਾਂ ਜਾਣਾ ਉਹ ਦੁਕਾਨਾਂ ਖੁੱਲ੍ਹੀਆਂ ਨੇ ਕਿ ਨਹੀਂ। ਅਤੇ ਕੁਛ ਕੁਛ ਬਾਜ਼ਾਰ ਹੋਏ ਖੁੱਲ੍ਹਾ ਅਤੇ ਆਪਾਂ ਜਿੱਥੇ ਜਾਣਾ ਉਹ ਵੀ ਦੇਖਦੇ ਹਾਂ, ਖੁੱਲ੍ਹੀ ਹੋਊ ਦੁਕਾਨ। ਉਹ ਕੁਛ ਸਮਾਨ ਆਪਾਂ ਲੈ ਲਿਆ ਅਤੇ ਕੁਛ ਆਪਾਂ ਲੈਣਾ ਸੀ ਅਤੇ ਦੁਕਾਨ ਹੈਗੀ ਆ ਬੰਦ। ਆਪਾਂ ਕਰਕੇ ਦੇਖਦੇ ਹਾਂ ਇਹਨਾਂ ਨੂੰ ਫੋਨ ਸੀਗਾ ਅਤੇ ਫੋਨ ਚੱਕਿਆ ਨਹੀਂ। ਆਪਾਂ ਚੱਲਦੇ ਹਾਂ ਕਿਸੇ ਹੋਰ ਦੁਕਾਨ 'ਤੇ, ਜੇ ਆਪਾਂ ਨੂੰ ਸਮਾਨ ਮਿਲ ਗਿਆ ਤਾਂ ਠੀਕ ਆ, ਨਹੀਂ ਆਪਾਂ ਚੱਲਾਂਗੇ ਘਰੇ। ਮੈਂ ਦੁਬਾਰਾ ਕਰਿਆ ਸੀਗਾ ਫੋਨ ਅਤੇ ਫੋਨ ਉਹਨਾਂ ਨੇ ਚੱਕ ਲਿਆ ਅਤੇ ਉਹ ਆ ਰਹੇ ਨੇ, ਆਪਾਂ ਲੈਂਦੇ ਹਾਂ ਸਮਾਨ। ਮੈਂ ਆ ਗਿਆ ਹੁਣ ਘਰੇ ਅਤੇ ਆਪਾਂ ਪੀਂਦੇ ਹਾਂ ਹੁਣ ਚਾਹ ਜਾਂ ਕੁਛ ਖਾਵਾਂਗੇ, ਭੁੱਖ ਬਹੁਤ ਜ਼ਿਆਦਾ ਲੱਗ ਰਹੀ ਆ ਅਤੇ ਦੁਪਹਿਰੇ ਆਪਾਂ ਕੁਛ ਖਾਧਾ ਨਹੀਂ ਹੈਗਾ। ਅਤੇ ਆਪਾਂ ਦੇ ਕੰਮ ਦੇ ਵੱਜ ਗਏ ਨੇ 6:45 ਅਤੇ ਚਾਹ ਆਪਣੀ ਤਿਆਰ ਆ, ਆਪਾਂ ਪੀਵਾਂਗੇ ਚਾਹ ਨਾਲ ਖਾਵਾਂਗੇ ਬਿਸਕੁਟ। ਗਾਈਜ਼ ਅਸੀਂ ਹੁਣ ਜਾ ਰਹੇ ਹਾਂ ਖਾਣ ਪੀਣ, ਕਿਉਂਕਿ ਅੱਜ ਆ ਸੰਡੇ, ਅੱਜ ਆਪਣਾ ਹੈਗਾ ਇੰਜੋਏ ਡੇ, ਅੱਜ ਆਪਾਂ ਕਰਨਾ ਇੰਜੋਏ ਪੂਰਾ। ਅਤੇ ਅਸੀਂ ਇੱਕ ਖਰੀਦਣੀ ਆ ਬੁੱਕ, ਅਤੇ ਅਸੀਂ ਬੁੱਕ ਵੀ ਖਰੀਦਣ ਜਾਵਾਂਗੇ। ਪਹਿਲਾਂ ਜਾਵਾਂਗੇ ਅਸੀਂ ਬੁੱਕ ਲੈਣ ਅਤੇ ਉਸ ਤੋਂ ਬਾਅਦ ਜਾਵਾਂਗੇ ਅਸੀਂ ਖਾਣ ਪੀਣ, ਦੇਖਦੇ ਹਾਂ ਕਿਆ ਖਾਈਏ। ਟਿੰਕੂ ਆਪਣੇ ਨਾਲ ਆ, ਹੁਣ ਆਪਾਂ ਜਾ ਰਹੇ ਹਾਂ। ਤੁਸੀਂ ਇਹ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਆ ਬੋਆਏ ਸਕੂਲ ਨਾਭਾ, ਅਤੇ ਇਹ ਬਹੁਤ ਪੁਰਾਣਾ ਸਕੂਲ ਆ, ਮੈਂ ਵੀ ਇੱਥੇ ਹੀ ਪੜ੍ਹਿਆ। ਇੱਥੇ ਆ
ਬਾਲੀ ਨਾਭਾ ਤੇ ਇਹਦੇ ਬਿਲਕੁਲ ਸਾਹਮਣੇ ਆ ਬੁਆਏ ਸਕੂਲ ਤੇ ਆ ਬੁਆਏ ਸਕੂਲ ਦਾ ਮੇਨ ਗੇਟ ਆ ਬਹੁਤ ਪੁਰਾਣਾ ਸਕੂਲ ਆ ਇਹ ਕਿਲੇ ਦੀ ਇਮਾਰਤ ਚੋਂ ਲਿਆ ਹੋਇਆ ਪੰਜਾਬ ਦਾ ਸਭ ਤੋਂ ਬੜਾ ਸਕੂਲ ਆ ਪੀਕੇ ਸਕੂਲ बहुत ही ज़्यादा बड़ा स्कूल है तो इसका थोड़ा असं ग्राउंड भी दिखावे किसी दिन बहुत वधिया अंदर सफाई बिल्कुल बहुत ज़्यादा सफाई अंदर अनेरा होने वाला तो वीडियो की कलैरिटी होने लग गई खराब तो असी हूँ पहुँच गए पटियाला गेट तो असी हूँ खावे देखते हैं पहले असी बुक खरीद लीए बुक असी लई आ खरीद तो बुक हैगी ਇਹਦਾ ਪ੍ਰਿੰਟ ਹੈਗਾ 363 ਰੁਪਏ ਅਤੇ ਸਾਨੂੰ ਦਿੱਤੀ ਆ ਇਹ 315 ਦੀ ਅਤੇ ਇਹ ਬੁੱਕ ਹੈਗੀ ਆ ਬੀ ਏ ਦੀ ਇਹ ਆ ਦੇਵੀ ਦਵਾਲਾ ਚੌਂਕ ਨਾਭਾ ਕਰਦੇ ਜਿੰਨੇ ਕਰਨੇ ਨੇ ਕਰਦੇ ਜਦੋਂ ਸਾਡਾ ਮਨ ਭਰ ਗਿਆ ਸੀ ਤੈਨੂੰ ਆਪੇ ਦੱਸ ਦਾਂਗੇ ਅਤੇ ਗਾਇਜ਼ ਅਸੀਂ ਆਏ ਹਾਂ ਗੋਲ ਗੱਪੇ ਖਾਣ ਅਤੇ ਸਾਡਾ ਦਿਲ ਕਰ ਰਿਹਾ ਗੋਲ ਗੱਪੇ ਖਾਣ ਮਿੱਠੀ ਕਰ ਪਾਣੀ ਮਿਕਸ ਕਰਦੇ ਮਿਕਸ ਹੱਟ ਕੇ ਸੂਜੀ ਵਾਲੀ ਸੂਜੀ ਵਾਲੇ ਕਰ खड़े खड़े खा गए 150 के गोल गप्पे तो ढिड गया पूरा अफर तो मिर्चा लग रहे हैं तो इसलिए असं लिया कुल्फी तो असं खावे हम कुल्फी गाइस जे थोनू साडा ब्लॉग वधिया लग्या तो लाइक शेयर कमेंट करते कर दौ तो साडे चैनल नू कर दौ सबसक्राइब तो बैल आइकन नू तुसी दबा दौ तो असं इसे तरह ब्लॉग बनाते रहेंगे तो तुसी साडा साथ दिंदे रहो धन्यवाद।